भाई साहब एक आपको मैं चीज दिखाने जा रहा हूँ जी, पुरातन समय का लॉक वाला बॉक्स, आपकी कोई कीमती चीज है तो आप इसमें रख सकते हैं। तो आप यहाँ पर देखेंगे तो ये खुलेगा नहीं, कितना भी और लगाएंगे नहीं खुलगा। और आप देख सकते हैं कहीं पर भी इसको चाबी लगाने के लिए की जो है उसका कोई होल नहीं आपको दिखाई देगा, तो ये एक तरह से सिक्योर है। लेकिन जिसके पास कोड है दिमाग में, लेकिन ये है जिसका लॉक, तो आप देख सकते हैं लॉक खुल गया। ऐसी बहुत सारी चीजें और भी है यहाँ पर, आप हमारे साथ बने रहिए। आ देखो साडे को पुरातन जमाने की एक टेक्निकल जिन्हों कह दिए लूनदानी है, ये उपर आप रोटी पकाई जाती सी, चकला सी, ठीक है। इन जो खोलना है लो, ये साडी सारी लूनदानी आ गई। ये वेखो तुसीं वेलना रखने लई किन्नी वधिया जगह बनाई गई। देखो कहिंदा मेरा एक चीज तो तीन काम ले गए ने, ये भी उदों दे ਟੈਕਨੀਕਾਂ ਹੀ ਹੈਗੀਆਂ ਸੀ। ਇਹਨੂੰ ਆਪਾਂ ਟੈਕਨੀਕਲ ਚੀਜ਼ ਕਹਿ ਸਕਦੇ ਹਾਂ, ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਨਹੀਂ ਕਿਧਰੋਂ ਮਿਲਦੀ ਹੈਗੀ। ਹੁਣ ਤੁਸੀਂ ਇਹ ਵੇਖ ਸਕਦੇ ਹੋ ਸਭ ਤੋਂ ਵਧੀਆ ਜਿਹਨੂੰ ਕਹਿ ਦਈਏ ਸੋਹਣਾ ਚਾਬੀਆਂ ਟੰਗਾ ਨਸਤੇ 'ਚ, ਤੁਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਇਹ ਤਾਂ ਅਸੀਂ ਕਿੱਧਰ ਰੱਖ ਦਈਏ। ਕਿਸੇ ਨੇ ਵੈਸੇ ਕਹਿਣਾ ਪਤਾ ਨਹੀਂ, ਵੈਸੇ ਇਹਨਾਂ ਨੇ ਸ਼ੋ ਪੀਸ ਰੱਖਿਆ, ਪਰ ਜਦੋਂ ਇਹਦਾ ਸਾਈਡ ਤੋਂ ਲੋਕ ਖੋਲ ਕੇ ਆਪਾਂ ਇਹਨੂੰ ਖੋਲਣਾ, ਇੱਥੇ ਆਪਾਂ ਚਾਬੀਆਂ ਤੱਕ ਟੰਗ ਸਕਦੇ ਹਾਂ ਭਾਅ ਜੀ। ਤੁਹਾਡੀਆਂ ਲੱਖਾਂ ਦੀਆਂ ਕਰੋੜਾਂ ਦੀਆਂ ਗੱਡੀਆਂ ਦੀਆਂ ਜਦੋਂ ਚਾਬੀਆਂ ਇਸ ਦੇ ਵਿੱਚ ਟੰਗੀਆਂ ਜਾਣਗੀਆਂ ਤੇ ਉਹਦੀ ਖੂਬਸੂਰਤੀ ਹੋਰ ਵੱਧ ਜਾਏਗੀ। ਬਾਕੀ ਟਾਲੀ ਦੀ ਲੱਕੜ ਵਰਤੀ ਜਾਂਦੀ ਹੈ, ਲਾਈਫ ਟਾਈਮ ਉਹਦੀ ਇੱਥੇ ਵਾਰੰਟੀ ਦਿੱਤੀ ਜਾਏਗੀ, ਕਿਸੇ ਤਰ੍ਹਾਂ ਦੀ ਕੰਪਲੇਂਟ ਨਹੀਂ ਤੁਹਾਨੂੰ ਇੱਥੋਂ ਹੋਏਗੀ ਜਾਂ ਅਨਸੈਟੀਸਫਾਈਡ ਇੱਥੋਂ ਗਾਹਕ ਨਹੀਂ ਹੋ ਕੇ ਜਾਏਗਾ। ਨਾਲ ਹੀ ਨਾਲ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਅਖਰੋੜ ਦੀ ਲੱਕੜ ਦਾ ਬਣਿਆ ਹੋਇਆ ਬਾਕਸ। ਤੇ ਦੂਜੀ ਗੱਲ, ਆ ਤੁਸੀਂ ਇਹਦਾ ਲੋਕ ਵੇਖ ਸਕਦੇ ਹੋ, ਕਿਧਰੇ ਨਹੀਂ ਹੈਗਾ, ਇਹਨੂੰ ਸਿਰਫ ਸਵਾਈਪ ਕਰਨਾ, ਦੇਖੋ ਖੁੱਲ ਗਿਆ। ਸਫਾਈ ਦੇਖੋ ਭਾਜੀ ਤੁਸੀਂ ਵਿੱਚ ਕਿੰਨੀ ਹੈ, ਹਰ ਚੀਜ਼ ਦੀ। ਨਾ ਤੁਹਾਨੂੰ ਕੋਈ ਕਿਲ ਠੁੱਕਿਆ ਹੋਇਆ ਨਜ਼ਰ ਆਏਗਾ, ਨਾ ਤੁਹਾਨੂੰ ਕੋਈ ਫੈਵੀਕੋਲ ਲੱਗੀ ਹੋਈ ਨਜ਼ਰ ਆਏਗੀ, ਕਿੰਨੀ ਸਫਾਈ ਨਾਲ ਇਹ ਚੀਜ਼ ਨੂੰ ਬਣਾਇਆ ਗਿਆ। ਤੁਸੀਂ ਗਾਣੇ ਵੀ ਬੜੇ ਸੁਣੇ ਹੋਣਗੇ, ਪਿਆਰ ਕੀ ਕਸ਼ਤੀ ਮੇਂ, ਸਾਰਾ ਕੁਝ ਪਿਆਰ ਦੀਆਂ ਕਿਸ਼ਤੀਆਂ ਨੇ, ਇਹ ਪਿਆਰ ਦੀਆਂ ਕਿਸ਼ਤੀਆਂ ਭਾਜੀ, ਪਿਆਰ ਦੀਆਂ ਕਿਸ਼ਤੀਆਂ ਤਾਂ ਮੈਂ ਸੁਣਿਆ ਡੁੱਬ ਜਾਂਦੀਆਂ ਜੀ। ਇਹ ਕਿਸ਼ਤੀ ਡੁੱਬ ਗਈ ਸੀ, ਇਹ ਬੜੀ ਮੁਸ਼ਕਿਲ ਆਪਾਂ ਕੱਢੀ ਜੇ, ਸਾਡੇ ਸਾਰ ਰਹਿ ਗਏ ਸੀ। ਉਸ ਤੋਂ ਬਾਅਦ ਤੁਹਾਨੂੰ ਦੁਬਈ, ਅਮਰੀਕਾ, ਪੈਰਿਸ ਜਾਣ ਦੀ ਲੋੜ ਨਹੀਂ, ਤੁਹਾਨੂੰ ਘਰ ਬੈਠੇ ਫੀਲਿੰਗ ਦਵਾ ਦੇਣਗੇ। ਆਹ ਦੇਖੋ ਸਾਡੇ ਕੋਲ, ਇਹ ਸਾਡੇ ਕੋਲ ਬੁਰਜ ਖਲੀਫਾ, ਓਕੇ ਜੀ, ਲਓ ਜੀ ਆਖੋ ਸਾਡੇ ਕੋਲ ਅਮਰੀਕਾ ਦੀ ਜੇ ਸਟੈਚੂ ਆਫ ਲਿਬਰਟੀ, ਆ ਲਓ ਜੀ ਇਹ ਪੈਰਿਸ ਦਾ ਟਾਵਰ ਜੇ, ਇਹ ਪੈਰਿਸ ਦੀ ਉਹ ਇੱਲ ਤਾਂ ਨਹੀਂ ਗਈ? ਹਾਂਜੀ ਹਾਂਜੀ ਉਹੀ ਭਾਜੀ। ਬਾਕੀ ਛੋਟੇ ਹੁੰਦੇ ਅਸੀਂ ਬੜਾ ਦੇਖਿਆ ਸੀ ਅੰਡਰਟੇਕਰ ਹੋਣੀ ਬੁਲਟ ਤੇ ਬਹਿ ਕੇ ਆਉਂਦੇ ਨੇ, ਉਹ ਵੀ ਬੁਲਟ ਆਪਾਂ ਖੋ ਕੇ ਲੈ ਆਂਦਾ ਜੇ। ਆ ਲਓ ਜੀ ਆਪਾਂ ਹੁਣ ਇੱਥੇ ਅਸੀਂ ਪੰਜਾਬੀਆਂ ਨੂੰ ਬਾਵਾਂਗੇ। ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਸਾਡੇ ਕੋਲ ਮੈਟਲ ਦੀਆਂ ਗੱਡੀਆਂ ਨੇ, ਆ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਸੇਮ ਹੂਬਾ ਹੂ ਇਦਾਂ ਚੱਲਦੀਆਂ ਸੀ, ਕਈ ਆਰਮੀ ਵਾਲੇ ਵੀ ਰੱਖਦੇ ਸੀ। ਓਕੇ ਜੀ ਹਾਂਜੀ, ਆ ਹੁਣ ਤੁਸੀਂ ਅੱਗੇ ਆਇਓ ਥੋੜਾ ਜਿਹਾ, ਸਾਡੇ ਕੋਲ ਡਿਜ਼ਾਈਨਰ ਦੇ ਵਿੱਚ ਦੇਖੋ ਕਿੰਨੀਆਂ ਵਧੀਆ ਖੜਾਵਾਂ ਨੇ ਜੀ, ਇਹ ਸਾਰੀਆਂ ਤੁਸੀਂ ਦੇਖ ਸਕਦੇ ਹੋ। ਬਾਕੀ ਤੁਸੀਂ ਉਹ ਦੇਖਿਆ ਹੋਏਗਾ ਗਦਰ ਫਿਲਮ 'ਚ ਤਾਰਾ ਸਿੰਘ ਤੋਪ ਲੈ ਕੇ ਵੀ ਸਾਈਡ ਤੇ ਹੋਇਆ ਸੀ, ਆਹ ਵੇਖੋ ਆ ਤੋਪ ਵੀ ਉਹੀ ਜੇ, ਆਹ ਅਸੀਂ ਖੋ ਕੇ ਰੱਖ ਲਈ ਸੀ ਤਾਰਾ ਸਿੰਘ ਕੋ, ਆਪਾਂ ਕਿਹਾ ਨਾ ਕਾਕਾ ਇਹ ਨਹੀਂ ਆਪਾਂ ਜਾਣ ਦਿੰਦੇ, ਇੱਥੇ ਰਹਿਣ ਦੇ ਹੁਣ। ਆਹ ਤੁਸੀਂ ਦੇਖ ਸਕਦੇ ਜਿਵੇਂ ਕਿ ਪੰਜਾਬੀ ਕਲਚਰ ਦੀ ਗੱਲ ਕੀਤੀ ਜਾਵੇ, ਇਹਦੇ ਨਾਲ ਸਾਡੀਆਂ ਬਜ਼ੁਰਗ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਕਿ ਅੱਜ ਕੱਲ੍ਹ ਹੁਣ ਅਸੀਂ ਤਬਦੀਲੀ ਕਰਤੀ ਮਸ਼ੀਨਾਂ ਦੇ ਵਿੱਚ ਜੀ, ਇਹਦੇ ਨਾਲ ਸਾਡੇ ਲੱਸੀਆਂ ਕੱਢੀਆਂ ਜਾਂਦੀਆਂ ਸੀ, ਘਿਓ ਕੱਢਿਆ ਜਾਂਦਾ ਸੀ, ਹਾਂ ਮਦਾਣੀ ਦੇ ਮਦਾਣੀ, ਹਾਂਜੀ ਹਾਂਜੀ, ਆ ਚਰਖਾ ਤੁਸੀਂ ਦੇਖ ਸਕਦੇ ਹੋ, ਸਾਰਾ ਕੁਝ ਜੋ ਵੀ ਭਾਜੀ ਇੱਥੇ ਹੈਂਡਮੇਡ ਹੈਗਾ, ਹੱਥਾਂ ਨਾਲ ਕਾਰੀਗਰੀ ਕੀਤੀ ਗਈ ਹੈ, ਲੱਕੜ ਬਹੁਤ ਵਧੀਆ ਨੂੰ ਲੱਗੀ ਹੈ ਜੀ, ਕੋਈ ਚੀਜ਼ ਦੀ ਕੰਪਲੇਂਟ ਨਹੀਂ ਤੁਹਾਨੂੰ ਆਏਗੀ। ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਹੈਂਡ ਕਰਾਫਟ ਦੇ ਵਿੱਚ ਇਕੱਲੀ ਇਕੱਲੀ ਭਾਜੀ ਹੈਂਡ ਕਰਾਫਟ ਹੈ ਸਾਰਾ ਕੁਝ, ਇਹ ਵਿੱਚ ਜਿਹੜਾ ਭਰਿਆ ਗਿਆ ਸਾਰਾ ਹੱਥੀ ਮਿਹਨਤ ਹੈ। ਇਹ ਸ਼ੀਸ਼ਾ ਹੈਗਾ ਵੈ ਸਾਡੇ ਕੋਲ, ਦੇਖੋ ਇਹ ਵੀ ਵਜਰ ਵੀ ਹੈਗਾ ਜਿੱਥੇ ਪੁਰਾਤਨ ਸਮੇਂ 'ਚ ਕੁਝ ਬਜ਼ੁਰਗ ਕੁਝ ਲੋਕ ਭਗਤੀਆਂ ਵੀ ਬਹੁਤ ਕੀਤੀਆਂ ਗਈਆਂ, ਇੱਥੇ ਕੀਤੀਆਂ ਗਈਆਂ, ਅੱਜ ਵੀ ਮੇਰੇ ਸਾਹਮਣੇ ਨਾਨਕਸਰ ਸਾਹਿਬ 'ਚ ਇਹ ਚੱਲਦੇ ਨੇ ਕੋਈ ਤਪੱਸਿਆ ਕਰਨ ਵਾਲਾ ਬੰਦਾ ਉਹਨੂੰ ਉਹਦੇ ਵਾਸਤੇ ਚੰਗੀ ਚੀਜ਼, ਬਹੁਤ ਵਧੀਆ ਬਹੁਤ ਵਧੀਆ। ਤੇ ਤੁਸੀਂ ਭਾਜੀ ਦੇਖਿਆ ਹੈਗਾ ਛੋਟੇ ਹੁੰਦੇ ਆਪਾਂ ਉਹ WWE ਲੈਸਿੰਗ ਵਾਲੀਆਂ ਬੈਲਟਾਂ ਵੀ ਬੜੀਆਂ ਢੇਰ ਤੇ ਲਾਈਆਂ, ਸਾਡੇ ਕੋਲ ਘੜੀ ਵਾਲੀ ਬੈਲਟ ਲਓ, ਕੀ ਬਾਤ, ਇਹ ਵੀ ਆਪਾਂ ਢੇਰ ਤੇ ਲਵਾ ਦਾਂਗੇ, ਸੈੱਲ ਪਾ ਕੇ ਵੀ ਚੱਲੂਗੀ। ਆਹ ਦੇਖ ਸਕਦੇ ਤੁਸੀਂ ਸਾਡੇ ਕੋਲ ਬਹੁਤ ਵਧੀਆ ਘੜੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਸਾਰੇ ਪੁਰਾਣੇ ਸਿੱਕੇ ਜੜੇ ਹੋਏ ਨੇ, ਤੁਸੀਂ ਕਲੋਜ਼ਲੀ ਦੇਖੋ ਬਹੁਤ ਵਧੀਆ। ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਭਾਜੀ ਪੁਰਾਤਨ ਸਮੇਂ ਦੀਆਂ ਚੀਜ਼ਾਂ ਕਾਫੀ ਸਾਡੇ ਨਾਲੋਂ 99% ਖਹਿ ਗਈਆਂ, ਜਿਹਨੂੰ ਕਹਦੀ ਖਤਮ ਹੀ ਹੋ ਗਈਆਂ, ਉਹ ਚੀਜ਼ਾਂ ਨੂੰ ਇਹ ਦੁਬਾਰਾ ਰਿਪੀਟ ਕਰਦੀ ਹੈ ਕਿ ਅੱਜ ਕੱਲ ਦੀ ਨੌਜਵਾਨੀ ਨੂੰ ਪਤਾ ਲੱਗੇ ਸਾਡੇ ਪੁਰਾਤਨ ਸਮੇਂ 'ਚ ਕਿੱਦਾਂ ਦੇ ਪੈਸੇ ਧੇਲੇ ਸਿੱਕੇ ਚੱਲਦੇ ਸੀ, ਇਹ ਸਾਰੇ ਉਹਦੇ 'ਚ ਜੜੇ ਹੋਏ ਨੇ। ਫਿਰ ਸਾਡੇ ਕੋਲ ਉਸ ਤੋਂ ਇਲਾਵਾ ਛੋਟੇ ਛੋਟੇ ਹੈਗੇ ਨੇ ਪੋਟ ਵਗੈਰਾ ਸਾਡੇ ਕੋਲ ਹੈਗੇ ਨੇ ਰੋਟੀ ਵਗੈਰਾ ਪਾਉਣ ਵਾਸਤੇ, ਔਰ ਇਹ ਤੁਸੀਂ ਦੇਖ ਸਕਦੇ ਹੋ ਮਸਾਲੇਦਾਨੀਆਂ ਸਾਡੇ ਕੋਲ ਹੈਗੀਆਂ ਨੇ ਬਕਾਇਦਾ। ਓਕੇ ਇਹ ਵੀ ਵੁਡਨ ਨੇ, ਮੈਂ ਕਹਿੰਦਾ ਭਾਜੀ ਐਵਰੀਥਿੰਗ ਇੱਥੇ ਸਾਰਾ ਕੰਮ ਹੀ ਵੁਡਨ ਦਾ ਵੈ ਭਾਜੀ। ਹੁਣ ਤੁਸੀਂ ਇਹ ਸਾਡੇ ਦੇਖ ਸਕਦੇ ਹੋ,
ਇਹ ਇੱਕ ਹਿਸਾਬ ਦਾ ਜਿਹਨੂੰ ਕਹਿ ਦਈਏ ਹੀਰਾ ਤਰਾਸ਼ਿਆ ਹੋਇਆ ਲੱਕੜ ਦੇ ਵਿੱਚ ਭਾਜੀ 3 mm ਅਸੀਂ ਸਾਰੀ ਕਟਿੰਗ ਕਰਕੇ ਵਿੱਚ ਅਕ੍ਰੈਲਿਕ ਸ਼ੀਟ ਭਰੀ ਹੈ ਦੈਨ ਉਹਦੇ ਉੱਪਰ ਅਸੀਂ ਬੜੀ ਬਰੀਕੀ ਦੇ ਨਾਲ ਜਿਹਨੂੰ ਕਹਿ ਦਈਏ ਨਾ ਸਕੈਚਿੰਗ ਹੋਈ ਹੈ ਸਕ੍ਰੈਚਿੰਗ ਕਰਕੇ ਸਕ੍ਰੈਚਿੰਗ ਕਰਕੇ ਵਿੱਚ ਸਾਰੇ ਕਲਰ ਫਿਲ ਹੋਇਆ ਜਿਹਨੂੰ ਕਹਿੰਦੇ ਕਿ ਦਿਨ ਰਾਤ ਦੀ ਮਿਹਨਤ ਹੈਗੀ ਇਹਦੇ ਵਿੱਚ ਓਕੇ ਜੀ ਤੇ ਇਹਦੇ ਭਾਜੀ ਮਹਿੰਗੀ ਬੜੀ 2,46,588 ਦੀ ਇੰਨੀ ਮਹਿੰਗੀ ਨਾ ਨਾ ਇੰਨੀ ਨਹੀਂ ਹੈਗੀ ਹੈ ਸਿਰਫ 6,500 ਰੁਪਏ ਦੀ ਹੈਗੀ ਜੇ ਜੀ ਇੰਨਾ ਵੀ ਅਸੀਂ ਲੁੱਟ ਨਹੀਂ ਇੱਥੇ ਮਚਾਈ ਓਕੇ ਜੀ ਹਾਂ ਕਹਿਣ ਦਾ ਮਤਲਬ ਅੱਡੇ ਤੇ ਬੈਠੇ ਹੋਏ ਆ ਗੁਰੂ ਮਹਾਰਾਜ ਦੇ ਘਰ ਦੇ ਲਾਗੇ ਬੈਠੇ ਆ ਤੇ ਬਹੁਤ ਅਸੀਂ ਜੈਨੂਅਨ ਰੇਟ ਦੇ ਵਿੱਚ ਹਰ ਚੀਜ਼ ਇੱਥੇ ਦੇ ਰਹੇ ਆ ਸਾਨੂੰ ਭਾਜੀ ਇੱਥੇ ਕੋਈ ਸ਼ੌਪ ਦਾ ਕੋਈ ਸਾਨੂੰ ਇੱਥੇ ਰੈਂਟ ਨਹੀਂ ਸ਼ੌਪ ਸਾਡੀ ਆਪਣੀ ਆ ਰੈਂਟਾਂ ਦੇ ਜਿੰਨਾ ਦੀ ਹੈਗੀਆਂ ਉਹ ਵੱਧ ਦੇ ਸਕਦੇ ਨੇ ਲੇਕਿਨ ਸਾਡੀ ਇੱਥੇ ਆਪਣੀ ਮਹਾਰਾਜ ਦੀ ਕਿਰਪਾ ਨਾਲ ਲੱਗੀ ਆਪਾਂ ਗਾਹਕ ਨਹੀਂ ਵੱਧ ਲਈਦੇ ਪੁਰਾਤਨ ਸਮੇਂ ਦੇ ਵਿੱਚ ਲੋਕ ਆਪਣੇ ਜਿੱਥੇ ਬੈੱਡ ਲੱਖੇ ਹੁੰਦੇ ਸੀ ਉਹਦੇ ਲਾਗੇ ਇੱਕ ਤਜੋਰੀ ਜੀ ਰੱਖ ਲੈਂਦੇ ਸੀ ਪੈਸੇ ਸਿੱਕੇ ਵਿੱਚ ਰੱਖ ਕੇ ਕਿ ਬਾਈ ਚਾਂਸ ਚੋਰੀ ਹੋਵੇ ਸਾਨੂੰ ਪਤਾ ਲੱਗ ਜਾਏ ਇਹ ਉਦੋਂ ਦੀ ਹੋਈ ਹੈ ਆ ਦੇਖੋ ਜਿੱਦਾਂ ਨੂੰ ਖੁੱਲਿਆ ਜਾਏਗਾ ਨਾ ਆਵਾਜ਼ ਇਦਾਂ ਨਿਕਲਦੀ ਸੀ ਦੇਖੋ ਇਹ ਭਾਜੀ ਦੇਖਣ ਵਾਲੀਆਂ ਚੀਜ਼ਾਂ ਨੇ ਕਿ ਉਸ ਵੇਲੇ ਵੀ ਇਹ ਲੋਕਾਂ ਨੇ ਟੈਕਨੀਕਾਂ ਲਾਈਆਂ ਸੀ ਕਿ ਕੁਛ ਵੀ ਚੋਰੀ ਹੋਵੇ ਤੇ ਸਾਨੂੰ ਲੱਗ ਪਤਾ ਜਾਵੇ ਕਿ ਇੱਥੋਂ ਕੁਛ ਚੱਲਾ ਹੋਇਆ ਪ੍ਰਾਤਨ ਸਮੇਂ ਦਾ ਜਵੈਲਰੀ ਬਾਕਸ ਹੈ ਸਾਰਾ ਹੈਂਡ ਵਰਕ ਹੈ ਉੱਤੇ ਦੇਖ ਸਕਦੇ ਹੋ ਆ ਦੇਖੋ ਇਹ ਆ ਦੇਖੋ ਕਿੰਨਾ ਸੋਹਣਾ ਹੂਬਹੂ ਆ ਦੇਖੋ ਤੁਸੀਂ ਜੇ ਤੁਹਾਨੂੰ ਹੈਗੀ ਹੈ ਪੈਸੇ ਦੀ ਕਮੀ ਅੱਜ ਹੀ ਸਾਡੇ ਕੋਲ ਲਓ ਤੁਸੀਂ ਅਲਾਦੀਨ ਦਾ ਚਿਰਾਗ ਇਹਨੂੰ ਰਗੜੋ ਤੇ ਇਹਦੇ ਚੋਂ ਨਿਕਲੇਗਾ ਅਲਾਦੀਨ ਉਹ ਬੋਲੇਗਾ ਹਾਂਜੀ ਅੰਮ੍ਰਿਤਸਰ ਵਾਲਿਓ ਕੀ ਚਾਹੀਦਾ ਤੁਹਾਨੂੰ ਫਿਰ ਤੁਸੀਂ ਮੰਗਿਓ ਪੈਸੇ ਜਿੱਦਾਂ ਕਿ ਭਾਜੀ ਤੁਸੀਂ ਦੇਖ ਸਕਦੇ ਹੋ ਇੱਕ ਪੇਂਟਿੰਗ ਵੀ ਇਹਨੂੰ ਅਸੀਂ ਕਹਿ ਸਕਦੇ ਹਾਂ ਇੱਕ ਇਹਨੂੰ ਮਾਈਂਡ ਦੀ ਸ਼ਾਰਪਨੈਸ ਵੀ ਆਪਾਂ ਕਹਿ ਸਕਦੇ ਹਾਂ ਕਿ ਲੱਕੜ ਦੇ ਵਿੱਚੋਂ ਲੱਕੜ ਕੱਢ ਕੇ ਡਿਫਰੈਂਟ ਕਲਰ ਦੀ ਲੱਕੜ ਭਰ ਕੇ ਫਿਰ ਉਸੇ ਕਲਰ ਦੀ ਅਕ੍ਰੈਲਿਕ ਸ਼ੀਟ ਭਰ ਕੇ ਉਹਨੂੰ ਲਗਾਇਆ ਗਿਆ ਤੇ ਇੱਕ ਤੁਸੀਂ ਸੋਹਣੀ ਤਸਵੀਰ ਤਿਆਰ ਕੀਤੀ ਗਈ ਹੈ ਇਹ ਦੇਖ ਸਕਦੇ ਹੋ ਤੁਸੀਂ ਜਿਹਨੂੰ ਕਹਿ ਦਈਏ ਭਾਜੀ ਇੱਕ ਦਿਮਾਗ ਘੁੰਮ ਜਾਣਾ ਚੀਜ਼ਾਂ ਨੂੰ ਦੇਖ ਕੇ ਇੱਥੇ ਤੁਹਾਨੂੰ ਸਾਰਾ ਕੁਝ ਉਦਾਂ ਦਾ ਹੀ ਮਿਲੇਗਾ ਕਿ ਪੁਰਾਤਨ ਸਮੇਂ ਦੇ ਵਿੱਚ ਤੁਹਾਨੂੰ ਝੰਜੋੜ ਕੇ ਰੱਖ ਦੇਗਾ ਕਿ ਨਹੀਂ ਯਾਰ ਵਾਕਈ ਸਾਡਾ ਕੁਛ ਪੁਰਾਤਨ ਸਮੇਂ ਨਾਲ ਲਿੰਕ ਅੱਜ ਵੀ ਹੈਗੇ ਨੇ ਉਸ ਟਾਈਮ ਤੇ ਇੰਨੇ ਕੁ ਚੰਗੇ ਚੰਗੇ ਆਰਟਿਸਟ ਹੈਗੇ ਸੀ ਸਾਨੂੰ ਅੱਜ ਕਿਤੇ ਜਾ ਕੇ ਰਿਅਲਾਈਜ਼ ਹੁੰਦਾ ਕਿ ਯਾਰ ਦਿਮਾਗ ਤੇ ਲੱਗਦਾ ਉਦੋਂ ਸੀ ਕਿ ਇੰਨੀਆਂ ਕੁਛ ਚੀਜ਼ਾਂ ਸਾਨੂੰ ਦੇਖਣ ਨੂੰ ਇੱਥੇ ਮਿਲਦੀਆਂ ਪਈਆਂ ਨੇ ਤੇ ਉਸ ਵੇਲੇ ਦਾ ਕਿੰਨਾ ਕੁ ਮਾਈਂਡ ਸ਼ਾਰਪ ਹੋਏਗਾ ਅੱਜ ਦੇ ਵੇਲੇ ਨਾਲੋਂ ਬਾਕੀ ਮੈਂ ਸਾਰਿਆਂ ਨੂੰ ਇੱਕ ਵਾਰੀ ਕਹਿਣਾ ਚਾਹਾਂਗਾ ਅੰਮ੍ਰਿਤਸਰ ਵਾਲਿਆਂ ਨੂੰ ਸਪੈਸ਼ਲੀ ਕਿ ਤੁਸੀਂ ਸਾਡੇ ਸਟੋਰ ਦੇ ਵਿੱਚ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤੁਹਾਨੂੰ ਇੱਥੇ ਪੁਰਾਤਨ ਤੋਂ ਪੁਰਾਤਨ ਸਮੇਂ ਦੀ ਚੀਜ਼ ਮਿਲੀ ਜਾਏਗੀ ਲਾਈਫ ਟਾਈਮ ਗਰੰਟੀ ਤੇ ਮਿਲੀ ਜਾਏਗੀ ਜੈਨੂਅਨ ਰੇਟਾਂ ਤੇ ਮਿਲੀ ਜਾਏਗੀ ਐਵਰੀਥਿੰਗ ਤੁਹਾਨੂੰ ਇੱਥੇ ਬੈਸਟ ਮਿਲੇਗੀ ਤੇ ਆਉਣਾ ਕਿਹੜੀ ਜਗ੍ਹਾ ਜੀ ਭਾਜੀ ਤੁਹਾਨੂੰ ਆਉਣਾ ਪਏਗਾ ਬ੍ਰਹਮ ਬੂਟਾ ਮਾਰਕੀਟ ਬੈਕ ਸਾਈਡ ਲੰਗਰ ਘਰ ਜੀ ਤੇ ਤੁਹਾਨੂੰ ਡਿਸਪਲੇ ਹੋ ਜਾਏਗਾ ਸਾਡਾ ਕੰਟੈਕਟ ਨੰਬਰ ਉੱਥੇ ਤੁਸੀਂ ਕਾਲ ਕਰਕੇ ਸਾਰਾ ਕੁਝ ਇਨਫੋਰਮੇਸ਼ਨ ਵਗੈਰਾ ਤੁਸੀਂ ਲੈ ਸਕਦੇ